ਮੈਂ ਸੁਬੇ ਦਾ ਮੇਜਰ ਆਲਰੇਡੀ ਲੈਫਟੇਨੈਂਟ ਸਰਦਾਰਾ ਸਿੰਘ ਸਨ ਆਫ ਪੱਗ ਸਿੰਘ ਪਿੰਡ ਸੁਹਣਾ ਅਤੇ ਮੇਰੇ ਨਾਲ ਖੱਬੇ ਪਾਸੇ ਬੈਠੇ ਹੋਏ ਸਰਦਾਰ ਹਰਜੀਤ ਸਿੰਘ ਸਨ ਆਫ ਇਸਰ ਸਿੰਘ ਤੇ ਨਾਲ ਸਾਡੀ ਇੱਕ ਭੈਣ ਜਸ਼ਮੀਰ ਕੌਰ ਜਸ਼ਮੀਰ ਕੌਰ ਵਾਈਫ ਆਫ ਵਾਈਫ ਆਫ ਹਰਦੀਪ ਹਰਜੀਤ ਸਿੰਘ ਸ਼ਤਵੰਤ ਸ਼ਤਵੰਤ ਪੁੱਤਰੀ ਸਦਾ ਸਿੰਘ ਸ਼ਤਵੰਤ ਕੌਰ ਇਹਨਾਂ ਦੀ ਵਾਇਸ ਸੀ ਸ਼ਤਵੰਤ ਕੌਰ ਵਾਈਫ ਆਫ ਸਰਦਾਰ ਵਾਈਫ ਆਫ ਨਹੀਂ ਸਾਡੀ ਜ਼ਮੀਨ ਕੁਆਇਰ ਕੀਤੀ ਗਈ ਸੈਕਟਰ 88 89 ਦੇ ਵਿੱਚ ਸਾਡੇ ਕੋਲੋਂ ਫੇਸਿੰਗ ਪਾਰਕ ਤੇ ਕਾਰਨਰ ਦੇ ਕਾਂਗਰਸ ਸਰਕਾਰ PLC ਚਾਰਜ ਲੈ ਰਹੀ ਹੈ ਜਦ ਕਿ ਅਸੀਂ ਸਰਕਾਰ ਨੂੰ ਆਪਣੀ ਜ਼ਮੀਨ ਦੇ ਵਿੱਚੋਂ 75% ਜ਼ਮੀਨ ਪਾਰਕਾਂ ਸੜਕਾਂ ਤੇ ਮੇਨਟੇਨੈਂਸ ਵਾਸਤੇ ਦਿੱਤੀ ਹੈ ਗਵਰਨਮੈਂਟ ਨੇ ਸਾਡੇ ਨਾਲ 2017 ਅਗਸਤ 2017 ਚ ਵਾਅਦਾ ਕੀਤਾ ਸੀ ਕੈਪਟਨ ਸਾਹਿਬ ਨੂੰ ਮਿਲੇ ਸੀ ਅਸੀਂ ਇਹ ਕਿਹਾ ਸੀਗਾ ਕਿ ਪੀਐਲਸੀ ਚਾਰਜ ਕਿਸੇ ਨੂੰ ਵੀ ਨਹੀਂ ਲੱਗਣਗੇ ਪਰੰਤੂ ਸਰਕਾਰ ਵਾਅਦੇ ਤੋਂ ਮੁੱਕਰ ਗਈ ਹੈ ਇਹਨਾਂ ਨੇ ਕੀ ਕੀਤਾ ਲੋਕ ਜ਼ਿਮੀਦਾਰਾਂ ਦੇ ਵਿੱਚ ਫੁੱਟ ਪਾਉਣ ਵਾਸਤੇ ਲੈ ਕਹਿੰਦੇ ਜਿਹੜੇ origian ਲੈਂਡ ਓਨਰ ਨੇ ਉਹਨਾਂ ਦੇ ਮਾਫ ਹੋਣਗੇ ਜਿਨ੍ਹਾਂ ਦੇ ਲੈਂਡ ਓਨਰ ਦੀ ਡੈਥ ਹੋ ਗਿਆ ਉਹਨਾਂ ਦੇ ਮਾਫ਼ ਹੋਣਗੇ ਜਿਨ੍ਹਾਂ ਨੇ ਜਿਉਂਦੇ ਜੀ ਆਪਣੇ ਬੱਚਿਆਂ ਦੇ ਨਾਂ ਟ੍ਰਾਂਸਫਰ ਕੀਤੇ ਨੇ ਉਹਨਾਂ ਨੂੰ ਪੀਐਲਸੀ ਚਾਰਜ ਦੇਣੇ ਪੈਣਗੇ ਮੈਂ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਸਾਡੇ ਬੱਚੇ ਸਾਡੀ ਹਲਾਕ ਨਹੀਂ ਹੈ ਕਿ ਅਸੀਂ ਉਹਨਾਂ ਦੇ ਮਾਪੇ ਨਹੀਂ ਹੈ ਇਸ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਇਹਦੇ ਨਾਲ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੁੰਦਾ ਜਿਵੇਂ ਕਿ ਸੈਂਟਰ ਗਵਰਨਮੈਂਟ ਨੇ ਜਿ ਕਿਸਾਨ ਸੜਕਾਂ ਦੇ ਰੋਲ ਦਿੱਤੇ ਨੇ ਸਾਡੀ ਪੰਜਾਬ ਦੀ ਸਰਕਾਰ ਨੇ ਵੀ ਟਰਾਂਸਫਰ ਕੇਸ ਦੇ ਵਿੱਚ ਜ਼ਿੰਮੇਦਾਰਾਂ ਨੂੰ ਰੋਲ ਦਿੱਤਾ ਹੈ ਸਰ ਜੀ ਮੰਨ ਲਓ ਜੇ ਨਹੀਂ ਭਰਿਆ ਭਰਦੇ ਤੁਸੀਂ ਇਹ ਪੈਸੇ ਕਿੰਨੇ ਪਰਸੈਂਟ ਕੋਈ ਵਿਆਜ ਵੀ ਲੰਦੇ ਇਹ ਸਾਡੇ ਕੋਲੋਂ ਕਹਿੰਦੇ ਚ ਤੁਹਾਨੂੰ 18% ਵਿਆਜ ਵੀ ਦੇਣਾ ਪਊਗਾ ਜੇ ਸਾਡੇ ਬੱਚਿਆਂ ਕੋਲ ਪੈਸੇ ਦੇਣ ਵਾਸਤੇ ਨਹੀਂ ਹੈ ਤਾਂ ਫਿਰ ਉਸ ਸਾਡੀ ਜ਼ਮੀਨ ਦਾ ਸਾਡੇ ਪਲਾਂਟਰਾਂ ਦੇ ਮਾਲਕ ਕੌਣ ਹੋਊਗਾ ਇਹ ਸਾਡੇ ਨਾਲ ਬਹੁਤ ਹੀ ਨਜਾਇਜ਼ ਧੱਕਾਸ਼ਾਹੀ ਕਰ ਰਹੇ ਨੇ ਮੈਂ ਹੱਥ ਜੋੜ ਕੇ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਕਿ ਤੂੰ ਵੀ ਫੌਦੀ ਨੌਕਰੀ ਕੀਤੀ ਐ ਤੂੰ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਪੀਐਲਸੀ ਚਾਰਜ ਕਿਸੇ ਤੋਂ ਨਹੀਂ ਲੈ ਜਾਣਗੇ ਜਦੋਂ ਮੈਂ ਕੈਪਟਨ ਸਾਹਿਬ ਦੇ ਅੱਗੇ ਬੇਨਤੀ ਇਹ ਕੀਤੀ ਸੀ ਕਿ ਬਾਦਲ ਸਾਹਿਬ ਨੇ ਵੀ ਬਾਡਨਰ 522 ਦੇ ਇੱਕੋ ਸੀਟ 에어로 ਸੀਟ ਦੇ ਵਿੱਚ ਕਿਸੇ ਤੋਂ ਕੋਈ ਪੀਐਲਸੀ ਚਾਰਜ ਨਹੀਂ ਲੱਤਾ ਫਿਰ ਸਾਡੇ ਨਾਲ ਇਹ ਧੱਕਾ ਸਹੀ ਕਿਉਂ ਕੀਤੀ ਜਾ ਰਹੀ ਹੈ ਸਦੇ ਮਤਲਬ ਨਹੀਂ ਹੁੰਦਾ ਇਹਦੇ ਖਿਲਾਫ ਕੋਈ ਐਕਸ਼ਨ ਲਏਗਾ ਜਾਂ ਤੁਸੀਂ ਕੋਈ ਸੜਕਾ ਦੇ ਪੁੱਤ ਲਈ ਮਜ਼ਬੂਰ ਹੋ ਜੀ ਅਸੀਂ ਇਸ ਦੇ ਬਾਰੇ ਜਿਵੇਂ ਸਾਡੇ ਕਿਸਾਨ ਭਰਾਵਾਂ ਨੇ ਦਿੱਲੀ ਨੂੰ ਘੇਰਿਆ ਅਸੀਂ ਇਸੇ ਤਰ੍ਹਾਂ ਹੀ ਗਮਾੜਾ ਨੂੰ ਤੇ ਆਪਣੀ ਪੰਜਾਬ ਦੀ ਗਵਰਨਮੈਂਟ ਨੂੰ ਘੇਰਾਂਗੇ ਠੀਕ ਹੈ ਪਹਿਲੀ ਗੱਲ ਇਹ ਹੈ ਜੀ ਸੈਕਟਰ 88 89 ਅੱਜ ਤੋਂ ਮਰੇਖਾ ਨਾਲ 15 ਸਾਲ ਪਹਿਲਾਂ ਅਕਵਾਇਰ ਹੋਏ ਸੀਗੇ ਇਹਦੀ ਲਿਟੀਗੇਸ਼ਨ ਚੱਲੀ ਇਹਦਾ ਪੀਐਲਸੀ ਚਾਰਜੀ ਦੇ ਨਾਲ ਪੂਰੇ ਜ਼ਿਮੀਦਾਰਾਂ ਨੂੰ ਪਾ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਜ਼ਿਮੀਦਾਰ ਕੋਰਟ ਦੇ ਵਿੱਚ ਗੇ ਕੋਰਟ ਨੇ ਇਹਨਾਂ ਨੂੰ ਰੀਲੀਫ ਦਿੱਤਾ ਉਸ ਤੋਂ ਬਾਅਦ ਵੀ ਅਫਸਰਾਂ ਦੀ ਦੇਖ ਲਓ ਤੁਸੀਂ ਨਿਲਾਕੀ ਵੀ ਇੱਕ ਬੰਦਾ ਜੁੰਦੇ ਜੀ ਆਪਣੇ ਬੱਚੇ ਦੇ ਨਾਮ ਟ੍ਰਾਂਸਫਰ ਕਰਾ ਰਿਹਾ ਪੀਐਲਸੀ ਮੀਨਸ ਵੀ ਵੀ ਜਿਹੜੀ ਪ੍ਰਾਈਮ ਲੋਕੇਸ਼ਨ ਚਾਰਜੀ ਦੇ ਆਹੇ ਪ੍ਰਾਈਮ ਲੋਕੇਸ਼ਨ ਮੀਨ ਤੁਹਾਡਾ ਕਾਰਨਰ ਆ ਗਿਆ ਤੁਹਾਡਾ ਫੇਸਿੰਗ پارک ਆ ਗਿਆ ਉਹਦਾ 5% 10% ਐਕਸਟਰਾ ਲੈਨੇ ਆ ਜਦੋਂ ਸਾਡੀ ਜ਼ਮੀਨ ਸਾਡੇ ਪਲਾਟ ਸਾਡੀ ਜ਼ਮੀਨ ਚੋਂ ਕੱਟ ਕੇ ਤੁਸੀਂ ਬਿਜ਼ਨਸ ਕਰ ਰਹੇ ਹੋ ਸਾਨੂੰ ਇਹ ਪੀਐਲ ਸੀ ਮੰਗ ਰਹੇ ਹੋ ਸੋ ਇਹ ਹਸੋਈਣਾ ਮਾਮਲਾ ਸੋ ਇਹ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੂੰ ਵੀ ਸਾਰਾ ਇਹਨਾਂ ਦਾ ਡਿਪੂਟੇਸ਼ਨ ਵੀ ਮਿਲਿਆ ਸੀਗਾ ਤੇ ਮੰਤਰੀ ਸਾਹਿਬ ਨਾਲ ਵੀ ਸਾਰੀ ਹੋਈ ਸੀਗੀ ਪਰ ਮੈਂ ਹੈਰਾਨ ਆ ਅਫਸਰਾਂ ਦੇ ਸਿਰ ਤੇ ਜੂਨੀ ਸਰਕ ਦੀ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਦਾ ਵਿਚਾਰ ਅਧੀਨ ਹੈ ਜਦੋਂ ਇੱਕ ਬਜ਼ੁਰਗ ਜੁੰਦੇ ਜੀ ਆਪਣੇ ਬੱਚੇ ਦੇ ਨਾਮ ਕੋਈ ਟਰਾਂਸਫਰ ਕਰਾ ਗਿਆ ਪ੍ਰਾਪਰਟੀ ਤਾਂ ਉਹਦੇ ਪੀਐਲਸੀ ਲੈਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਇਹ ਸਾਰਾ ਤੁਸੀਂ ਟੇਡੀ ਉਂਗਲੀ ਨਾਲ ਕੀ ਕੱਢਣਾ ਚਾ ਰਹੇ ਆ ਅਫਸਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਅਫਸਰ ਸਹਿਬਾਨ ਨੂੰ ਵੀ ਇਦਾਂ ਨਾ ਕਰੋ ਕਿਉਂਕਿ ਪੰਜਾਬ ਦਾ ਕਿਸਾਨ ਸਾਡੀਆਂ ਜ਼ਮੀਨਾਂ ਅਕਵਾਇਰ ਕਰੀਆਂ ਨੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਪਰ ਸਾਡਾ ਹੱਕ ਵੀ ਅੱਜ ਜੇ ਨਹੀਂ ਸਾਨੂੰ ਮਿਲਿਆ ਤਾਂ ਇਸ ਦੇ ਲਈ ਅਸੀਂ ਸਾਰੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸਾਨ ਦੇ ਲਈ ਜਿਵੇਂ ਅੱਜ ਕਿਸਾਨ ਅੰਦੋਲਨ ਚੱਲ ਰਿਹਾ ਤਾਂ ਵੱਡੇ ਪੱਦਰ ਦੇ ਗਮਾਡਾ ਦੇ ਖਿਲਾਫ ਵੀ ਇੱਕ ਅੰਦੋਲਨ ਚੱਲੇਗਾ ਖਾਸ ਕਰ ਮੋਹਾਲੀ ਦੇ ਇਲਾਕੇ ਦੇ ਵਿੱਚ ਜਿਹੜੇ ਇਹਨਾਂ ਨੇ ਗਮਾਡਾ ਨੂੰ ਅੱਜ ਇੱਕ ਪ੍ਰਾਈਵੇਟ ਮੈਂ ਕਹਿੰਦਾ ਪ੍ਰਾਈਵੇਟ ਕੋਲੋਨਾਈਜ਼ਰ ਦੇ ਤੌਰ ਤੇ ਗਮਾਡਾ ਕੰਮ ਕਰ ਰਿਹਾ ਉਹਨੂੰ ਪ੍ਰਾਈਵੇਟ ਕੋਲੋਨਾਈਜ਼ ਦੇ ਤੌਰ ਤੇ ਕੰਮ ਨਹੀਂ ਕਰਨਾ ਚਾਹੀਦਾ ਉਹਨੂੰ ਜ਼ਿਮੀਦਾਰਾਂ ਦਾ ਪੱਖ ਦੇਖ ਕੇ ਕੰਮ ਕਰਨਾ ਚਾਹੀਦਾ